ਬਠਿੰਡਾ ਦੇ ਜੋਧਪੁਰ ਰਮਾਣਾ ਤੋਂ ਜੱਸੀਵਾਲ ਨੂੰ ਜਾਂਦੀ ਸੜਕ ਦੇ ਉੱਤੇ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਦੇ ਉੱਤੇ ਕੰਮ ਕਰਨ ਵਾਲੇ ਲੜਕੇ ਤੋਂ 5 ਲੱਖ ਰੁਪਇਆਂ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੋਈ ਹੈ ਜੋ ਕਿ ਮਾਮਲੇ ਦੀ ਜਾਂਚ ਕਰਨ ਵਿੱਚ ਲੱਗੀ ਹੋਈ ਹੈ। ਦੱਸ ਦਈਏ ਕਿ 5 ਤੋਂ 6 ਲੋਕਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬਠਿੰਡਾ ਦੇ ਵਿੱਚ ਇਸ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਿੱਥੇ ਪੈਟਰੋਲ ਪੰਪ ਦੇ ਉੱਤੇ ਕੰਮ ਕਰਨ ਵਾਲੇ ਕਰਮਚਾਰੀ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਉਸਦੇ ਕੋਲੋਂ 5 ਲੱਖ ਰੁਪਏ ਲੁੱਟ ਲਏ ਗਏ। ਬਠਿੰਡਾ ਤੋਂ ਅੱਜ ਦੀ ਆਵਾਜ਼ ਦੇ ਲਈ ਬਲਵਿੰਦਰ ਸ਼ਰਮਾ ਦੀ ਰਿਪੋਰਟ। ਕੀ ਨਾਮ ਹੈ ਤੁਹਾਡਾ ਤੇ ਕਿਹੜਾ ਪਿੰਡ ਹੈ? ਹਾਂ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਮੀਤ ਜਾਲਦਾਰਾ ਜੱਸੀ ਹੈ, ਪੌਲੀ ਮੇਰਾ ਪਿੰਡ ਆ। ਕੀ ਮਾਮਲਾ ਹੋਇਆ ਇੱਥੇ? ਤੇ ਮਤਲਬ ਹੁਣੇ ਸਾਨੂੰ ਪਤਾ ਲੱਗਿਆ ਨਾ ਵੀ ਇੱਥੇ ਲੁੱਟ ਹੋਈ ਹੈ, ਕੋਈ ਰਿਲਾਇੰਸ ਪੰਪ ਤੋਂ ਨਾ ਕੋਈ ਬੰਦਾ ਆ ਰਿਹਾ ਸੀਗਾ। ਇਹ ਮੋੜ ਪੈਂਦਾ ਥੋੜ੍ਹਾ ਜਿਹਾ ਇੱਥੇ, ਮਤਲਬ ਦਰਖਤ ਪੁੱਜਿਆ ਥੋੜ੍ਹਾ ਜਿਹਾ ਰੋਜਾ ਹੈ ਜਗ੍ਹਾ, ਅਤੇ ਇੱਥੇ ਦੋ ਮਤਲਬ ਕਿਸੇ ਬੰਦਿਆਂ ਨੇ ਘੇਰ ਕੇ ਉਹਦੇ 5 ਲੱਖ ਦੀ ਲੁੱਟ ਕਰੀ ਆ, ਅਤੇ ਉਹ ਮੁੰਡੇ ਮਤਲਬ ਮਗਰ ਮਗਰ ਵੀ ਪੈ ਗਏ ਸੀ, ਉਹ ਖੇਤ ਖੂਤ 'ਚ ਭੱਜ ਗਿਆ, ਪਰ ਉਹ ਪੈਸੇ ਖੋਹ ਕੇ ਲੈ ਗਏ ਬੰਦੇ, 4-5 ਬੰਦੇ ਦੱਸਦੇ ਵੀ 2-3 ਮੋਟਰਸਾਈਕਲਾਂ ਦੇ ਸੀਗੇ, ਅਤੇ ਇੱਥੋਂ ਲੁੱਟ ਕੇ ਭੱਜ ਗਏ। ਕਿੰਨੇ ਕੁ ਬੰਦੇ ਸੀਗੇ? 5 ਕੁ ਬੰਦੇ ਦੱਸਦੇ। ਕਿਹੜੀ ਸੜਕ ਹੈ ਇਹ? ਜੋਧਪੁਰ ਤੋਂ ਜੱਸੀ ਰੋਡ ਹੈ ਜੀ, ਤਲਵੰਡੀ ਰੋਡ ਨੂੰ ਟੱਚ ਕਰਦਾ ਇਹ। ਜ਼ਿਆਦਾਤਰ ਉਹ ਤਾਂ ਟ੍ਰੈਫਿਕ ਰਹਿੰਦਾ, ਪਰ ਇਸ ਜਗ੍ਹਾ 'ਤੇ ਦੁਪਹਿਰੇ ਜੇ ਕਰਕੇ ਜਗ੍ਹਾ ਸੁਣੀ ਸੀ। ਜੀ ਮੈਮ, ਕੀ ਮਾਮਲਾ ਹੋਇਆ? ਸਾਨੂੰ ਇੱਕ ਕਾਲ ਰਿਸੀਵ ਹੋਈ 112 'ਤੇ ਤਜਿੰਦਰ ਸਿੰਘ ਨਾਮ ਦੇ ਵਿਅਕਤੀ ਤੋਂ ਕਿ ਉਹ ਇੱਕ ਪੈਟਰੋਲ ਪੰਪ 'ਤੇ ਕੰਮ ਕਰਦਾ ਹੈ ਰਿਲਾਇੰਸ ਦੇ। ਉੱਥੋਂ ਆਪਣੇ ਦੂਜੇ ਪੈਟਰੋਲ ਪੰਪ 'ਤੇ ਜੋ ਕਿ ਜੱਸੀ ਬੋ ਵਾਲੀ ਸਥਿਤ ਹੈ, ਉੱਥੇ ਕੈਸ਼ ਲੈ ਕੇ ਜਾ ਰਹੇ ਸੀ ਜਮ੍ਹਾਂ ਕਰਵਾਉਣ ਲਈ। ਅਤੇ ਜਦੋਂ ਰਸਤੇ 'ਚ ਜਾ ਰਿਹਾ ਸੀ, ਉਹਨੂੰ 2 ਮੋਟਰਸਾਈਕਲ 'ਤੇ 5 ਬੰਦੇ ਸਵਾਰ ਸੀਗੇ, ਉਹਨਾਂ ਨੇ ਰੋਕ ਕੇ ਉਹਦੇ ਸੱਟਾਂ ਮਾਰ ਕੇ ਕੈਸ਼ ਖੋ ਕਰਕੇ ਉਹ ਫਰਾਰ ਹੋ ਗਏ। ਸਾਡੀ ਸਦਰ ਟੀਮ ਦੀਆਂ ਪੁਲਿਸ ਇੱਥੇ ਆ ਗਈ ਹੈ, ਆਪਾਂ ਵੱਖ ਵੱਖ ਟੀਮਾਂ ਬਣਾ ਕੇ CCTV ਕੈਮਰਾ ਚੈੱਕ ਕਰ ਰਹੇ ਹਾਂ, ਅਤੇ ਜੋ ਵੀ ਅੱਗੇ ਬਣਦੀ ਤਫਤੀਸ਼ ਉਹ ਕਰਾਂਗੇ। ਕਿੰਨਾ ਕੈਸ਼ ਜੀ? 5 ਲੱਖ ਦੱਸ ਰਹੇ ਜੀ। ਤਲਾਹ ਮਿਲੀ ਸੀਗੀ ਵੀ ਇੱਕ ਬੰਦਾ ਜਿਹੜਾ ਮੰਡ ਜੋਧਪੁਰ ਪਿੰਡ ਹੈਗਾ ਸਾਣੇ ਸਦਰ ਦੇ ਵਿੱਚ, ਉਤੋਂ ਕੈਸ਼ ਲੈ ਕੇ ਜਾ ਰਿਹਾ ਸੀਗਾ, ਤੇ ਸਦਰ ਥਾਣੇ ਦੇ ਇਲਾਕੇ 'ਚ ਫਾਟਕਾਂ ਤੋਂ ਪਹਿਲਾਂ ਉਸ ਅਣਪਛਾਤੇ ਬੰਦੇ ਨੇ ਖੋਹ ਕਰ ਲਈ ਆ। ਉਹ ਇਤਲਾਹ ਮਿਲਣ 'ਤੇ ਮੌਕੇ 'ਤੇ ਮੈਂ ਆਇਆ, DSP ਸਦਰ ਬਠਿੰਡਾ ਤਜਾਤੀ ਮੈਡਮ ਹੈਨਾ ਜੀ ਆਏ ਨੇ, ਅਤੇ ਹੋਰ ਸੀ ਸਾਡੀ ਟੀਮਾਂ ਆਈਆਂ ਨੇ ਵੱਖਰੀਆਂ ਵੱਖਰੀਆਂ ਨੇ, ਆ ਕੇ ਅਸੀਂ ਮਦਈ ਜਿਹੜਾ ਵਿਕਟਮ ਆ ਜਿਹਨੇ ਵਾਰਦਾਤ ਹੋਈ ਆ ਅਸੀਂ ਉਹਨੂੰ ਮਿਲਿਆ, ਉਹਦੀ ਗੱਲਬਾਤ ਸੁਣੀ ਆ। ਇਹਨੇ ਦੱਸਿਆ ਵੀ 5 ਬੰਦੇ ਸੀ ਟੋਟਲ, 2-1 ਗਰੁੱਪ 'ਚ ਸੀ, 3-1 ਗਰੁੱਪ 'ਚ ਸੀਗੇ, ਉਹਨਾਂ ਕੋਲ ਲੋਹੇ ਦੀ ਰਾਡ ਸੀ, ਪਾਈਪ ਲੋਹਰ, ਅਤੇ ਇੱਕ ਘਣ ਸੀਗਾ, ਅਤੇ ਉਹ 2 ਝਾੜੀਆਂ 'ਚ ਲੁਕੇ ਹੋਏ ਸੀ। ਜਦੋਂ ਅਚਾਨਕ ਹੀ ਮੂਹਰੇ ਆ ਕੇ ਇਹਨੂੰ ਰੋਕ ਲਿਆ, ਅਤੇ ਸੱਟਾਂ ਮਾਰ ਕੇ ਇਹ ਜਿਹੜਾ ਛੋਟਾ ਬੈਗ ਸੀਗਾ ਇਹਦੇ ਉਹ ਖੋਹ ਕੇ ਲੈ ਕੇ, ਇਹ 5 ਲੱਖ ਰੁਪਏ ਕਹਿ ਰਿਹਾ ਕਰੀਬ। ਕਿੱਥੋਂ ਆ ਰਹੇ ਸੀ ਬੰਦਾ? ਇਹ ਪੰਪ ਤੋਂ ਆ ਰਿਹਾ ਵਾ। ਅੱਗੇ ਕਿੱਥੇ ਜਾ ਰਹੇ ਸੀ? ਇਹਨਾਂ ਦਾ ਦੂਜਾ ਪ੍ਰੋਗਰਾਮ ਅੱਗੇ ਆ, ਉੱਥੇ ਜਾ ਰਿਹਾ ਸੀਗਾ।